ਇੱਧਰ ਕਰਨ ਸਾਡੇ ਜੋ ਬੋਲਦੇ ਕਰਨ ਕਰ ਬਹੁਤ ਵਧੀਆ ਭਾਈ। ਅੱਛਾ ਅੱਛਾ ਆ ਗਈ ਬਾਈ, ਨਾ ਵੀ ਨਾ ਬਾਹਰ ਨਹੀਂ ਨਿਕਲ ਦੇਣਾ ਤੁਹਾਨੂੰ, ਭਲ ਭਲਾ ਹੀ ਬਣਿਆ ਵਾ ਪਿੰਜਰੇ ਦਾ, ਪਿੰਜਰਾ ਚੁੱਕ ਤਾਂ ਮਾੜਾ ਜਿਹਾ ਉਹ ਬਾਹਰ ਚੁੱਕਣਾ ਥੱਲੋਂ ਨਿਕਲ ਜਾਣੇ ਸਾਰੇ ਬਾਹਰ। ਆਹ ਦੇਖੋ ਕਬੂਤਰ ਯਾਰ, ਆਹ ਦੇਖੋ ਜੈਲਦਾਰ, ਹੋਏ 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 ਲੈ ਤੂੰ ਜਮਾਂ ਭਾਜੀ ਕਹਿੰਦੇ ਕੀ ਕਹਿੰਦੇ ਨਹੀਂ ਦੇਣੇ ਯਾਰ। ਕਿੱਦਾਂ ਸਾਰੇ ਜੀ ਠੀਕ ਠਾਕ ਹੋ? ਆਸ ਕਰਦੇ ਸਾਰੇ ਵਧੀਆ ਹੋ ਗਏ, ਠੀਕ ਠਾਕ ਹੋ ਗਏ ਤੇ ਯਾਰ ਸਾਰਿਆਂ ਦੇ ਜਾਨਵਰ ਵੀ ਬਿਲਕੁਲ ਸੈੱਟ ਹੋਣਗੇ। ਅਤੇ ਸਾਡੇ ਨਾਲ ਆ ਜੀ ਕਰਨ, ਆਦਮੀ ਦੇਖ ਸਕਦੇ ਹੋ, ਕਰਨ ਅਤੇ ਮੈਂ ਦੋਨੋਂ ਜਣੇ ਆਏ ਸੀ ਅਤੇ ਬਾਕੀ ਇੱਥੇ ਕੁੱਕੜੀਆਂ ਵਿਖਾਲਦੇ ਆ ਜੀ ਤੁਹਾਨੂੰ ਅਤੇ ਟਰਕੀ ਵੀ ਹੈਗੇ ਜੀ, ਉਹ ਤੁਸੀਂ ਦੇਖ ਸਕਦੇ ਹੋ, ਟਰਕੀ ਦਾ ਜੋੜਾ, ਅਸੀਲ ਕੁੱਕੜ ਅਤੇ ਹੋਰ ਵੀ ਕਾਫੀ ਕੁਝ ਆ। ਅਤੇ ਇੱਥੇ ਤੁਸੀਂ ਲੱਕੀਆਂ ਦਾ ਜੋੜਾ ਤੁਹਾਨੂੰ ਵਿਖਾਲਦੇ ਹਾਂ, ਉਹ ਵੱਖਰਾ ਕੱਢ ਕੇ ਰੱਖਿਆ ਜੀ, ਇਹ ਜੇ ਸਾਡਾ ਬਣ ਗਈ ਗੱਲ ਤਾਂ ਅਸੀਂ ਲੈ ਕੇ ਜਾਵਾਂਗੇ ਜ਼ਰੂਰ ਇਹ। ਸੋ ਸਾਈਡ 'ਤੇ ਇਸੇ ਕਰਕੇ ਕਢਾਇਆ ਵਾ। ਕਰਨੀ ਕਿੱਦਾਂ ਕਰਨੀ ਫਿਰ ਇਹ ਖਾਣੇ ਕਿੰਨੇ ਦੂਜੇ 'ਤੇ ਲੈ ਕੇ ਜਾਣੇ ਹੈ? ਚਲ ਵੇਖ ਲਈ ਕੋਈ ਨਹੀਂ। ਅਤੇ ਆਹ ਵੇਖੋ ਕਬੂਤਰ ਆਪਾਂ ਕੱਢਿਆ ਵਾ ਅਤੇ ਦੇਖਦੇ ਹਾਂ ਜੇ ਗੱਲ ਬਣ ਗਈ ਤਾਂ ਲੈ ਕੇ ਜਾਵਾਂਗੇ। ਸ਼ਾਹ ਆਖੀ ਆ ਅਤੇ ਕਬੂਤਰ ਬਹੁਤ ਸੋਹਣਾ ਵਾ। ਨਹੀਂ ਯਾਰ ਮੈਂ ਨਾ ਦੂਜਾ ਖੜਾਂਗੇ। ਕਿਹੜਾ? ਜਿਹੜਾ ਵੇਖਿਆ ਅੰਦਰ। ਜ਼ਰੂਰ ਲੈ ਕੇ ਜਾਣਾ ਅੰਦਰੋਂ। ਹਾਂ ਵੇਖਦੇ ਆ ਕੋਈ ਨਹੀਂ, ਬਾਕੀ ਹੋਰ ਵੇਖ ਲੈਣੇ ਆ ਜਾਂ। ਚਲੋ ਠੀਕ ਆ ਜੀ, ਹਾਲੇ ਕਰਨ ਦਾ ਮੂਡ ਕਹਿੰਦਾ ਇਹ ਨਹੀਂ ਖੜਨਾ ਹੈਗਾ ਅਤੇ ਜਾਂ ਉਦੋਂ ਟਰਕੀ ਲੈ ਕੇ ਆ, ਇੱਧਰ ਨੂੰ ਆਪਾਂ ਸ਼ੌਕ ਕਰਾਈਏ ਸਾਰਿਆਂ ਦਾ। ਭਾਜੀ ਜੋੜਾ ਬਹੁਤ ਵਧੀਆ ਬਣਿਆ ਜੇ, ਹੈ ਨਾ? ਸ਼ੇਰਾ ਸ਼ੇਰਾ ਲਿਆਂਦਾ ਹੀ ਹੁਣ ਵਾ। ਅੱਛਾ ਜੋੜਾ ਲੈ ਕੇ ਆਏ ਤੁਸੀਂ? ਜੋੜਾ ਲੈ ਕੇ। ਚਲੋ ਜੀ ਸਾਡੇ ਲੱਖਾ ਭਾਜੀ ਸਾਰੇ ਤਕਰੀਬਨ ਜਾਣਦੇ ਹੋਣੇ ਲਾਗੇ ਲਾਗੇ ਇਹਨਾਂ ਨੂੰ, ਅਤੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾ ਹੀ ਦਿੰਦੇ ਭਾਜੀ ਦੇ। ਅਤੇ ਕਬੂਤਰ ਬਹੁਤ ਵਧੀਆ ਭਾਜੀ। ਅੱਛਾ ਅੱਛਾ ਆ ਗਈ ਬਾਈ, ਨਾ ਵੀ ਨਾ ਬਾਹਰ ਨਹੀਂ ਨਿਕਲ ਦੇਣਾ ਤੁਹਾਨੂੰ, ਭਲ ਭਲਾ ਹੀ ਬਣਿਆ ਵਾ ਪਿੰਜਰੇ ਦਾ, ਪਿੰਜਰਾ ਚੁੱਕ ਤਾਂ ਮਾੜਾ ਜਿਹਾ ਉਹ ਬਾਹਰ ਚੁੱਕਣਾ ਥੱਲੋਂ ਨਿਕਲ ਜਾਣੇ ਸਾਰੇ ਬਾਹਰ। ਆ ਕਬੂਤਰ ਵੀ, ਚਲੋ ਆਪਾਂ ਤੁਹਾਨੂੰ ਦਿਖਾ ਦੇ ਇੱਧਰ ਕੁਕੜੀਆਂ ਵੇਖੋ ਜੀ, ਅਤੇ ਇੱਧਰ ਵੀ ਆਹ ਟਰਕੀ ਵੇਖੋ ਤੁਸੀਂ। ਇੱਧਰ ਕਰਨ ਸਾਡੇ ਜੋ ਬੋਲਦੇ ਕਰਨ ਕਰ, ਉਸ ਵੇਲੇ ਟਰਕੀ ਦੋਨੋਂ ਜਿਹੜੇ ਨਾ ਉਹ ਬੋਲਦੇ ਪਏ ਆ। ਅਤੇ ਇੱਧਰ ਤੁਹਾਨੂੰ ਰੈਬਿਟ ਵੀ ਦਿਖਾਲਦੇ ਹਾਂ। ਲਓ ਜੀ ਵੇਖੋ ਰੈਬਿਟ ਅਤੇ ਗਿੰਨੀ ਪਿਗ ਵੀ ਇੱਥੇ ਹੈਗੇ ਆ। ਉਹ ਦੇਖ ਸੇਮ ਸੇਮ ਉਹ ਹੀ ਮੇਰਾ ਨਾ ਆਪਣੇ ਨਾਲ ਦੇ ਆ, ਥੋੜ੍ਹਾ ਫਰਕ ਆ ਬਾਕੀ ਸੇਮ ਹੀ ਆ। ਆਹ ਦੇਖੋ ਯਾਰ ਕਿੱਡਾ ਸ਼ਾਨਦਾਰ, ਇਹਨੂੰ ਫੜ ਉਹ ਯਾਰ ਕਿੱਡਾ ਵਧੀਆ, ਫਟ 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 ਭੱਜ ਗਿਆ। ਅਤੇ ਇੱਥੇ ਨਾ ਜਿਹੜੇ ਗਿੰਨੀ ਪਿੰਗ ਉਹਨਾਂ ਨੇ ਬੱਚੇ ਵੀ ਦਿੱਤੇ ਹੋਏ ਆ ਕਾਫੀ। ਹਾਂ ਕਿੱਥੇ ਚੱਲ ਗਿਆ ਯਾਰ, ਸਾਰੇ ਭੱਜੇ ਫਿਰਦੇ ਆ ਬੱਚੇ ਆ ਵੀ ਨਿੱਕੇ ਨਿੱਕੇ ਨੇ ਹੈ। ਹਾਂ ਆਈ 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 ਇੱਕ ਕਿੱਥੇ ਆ, ਹਾਂ ਉਹ ਗਿੰਨੀ ਪਿੰਗ ਦੇ ਛੋਟੇ ਛੋਟੇ ਬੱਚੇ ਆ, ਦੋ ਆ ਆਹ ਦੇਖ ਦੋਵੇਂ ਕਾਫੀ ਰੈਬਿਟ ਨਵੇਂ ਆਏ। ਆਹ ਦੇਖੋ ਬਾਹਰ ਲੈ ਗਿਆ। ਆਹ ਦੇਖੋ ਤੁਸੀਂ ਕਿੰਨਾ ਛੋਟਾ ਜਿਹਾ ਵਾ, ਦੇਖੋ ਤੁਸੀਂ ਹੱਥ ਦੀ ਤਲੀ ਜਿਹੀ ਮਹਾ ਆ ਰਿਹਾ ਵਾ, ਤਲੀ ਤੋਂ ਛੋਟਾ ਬਹੁਤ ਸੋਹਣਾ ਨਾ, ਬਹੁਤ ਸੋਹਣਾ ਲੱਗਦਾ ਨਾ, ਨੈਚੁਰਲੀ ਬੱਚਾ ਨਹੀਂ ਕਹਿੰਦੇ ਬਹੁਤ ਸੋਹਣਾ, ਪਰ ਹੈ ਛੋਟਾ ਜ਼ਿਆਦਾ ਸੀ ਜਾਂ ਤਾਂ ਲੈ ਜਾਣਾ ਸੀ। ਅਤੇ ਕਿਵੇਂ ਦਾ ਲੱਗਾ ਜੀ ਜ਼ਰੂਰ ਦੱਸਣਾ ਇਹਨੂੰ। ਤਾਂ ਲਓ ਜੀ ਕਰਨ ਫੜ ਲਿਆ ਅੰਦਰੋਂ ਅਸੀਲ ਮੁਰਗਾ, ਕੀ ਜ਼ੁਕਾਮ ਹੋਇਆ ਲਿਆ ਨਾ ਇੱਧਰ, ਕੋਈ ਨਹੀਂ ਉਹ ਨਹੀਂ ਨਿਕਲਦੇ ਬਾਹਰ,
ਆ ਤੁਸੀਂ ਵੇਖੋ ਮਹਾਰਾਜ, ਇਹ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵਿਖਾਇਆ ਸੀ ਨਾ ਮੁਰਗਾ, ਅਤੇ ਇਹ ਉਹਨਾਂ ਛੋਟਾ ਵਾ, ਅਤੇ ਜਿਹੜਾ ਵੱਡਾ ਮੁਰਗਾ ਉਹ ਵੀ ਤੁਹਾਨੂੰ ਦਿਖਾ ਦਿੰਦੇ, ਉਹ ਕਾਫੀ ਵੱਡਾ ਹੋਇਆ ਵਾ। ਹੈਂ, ਪੁੱਛੋ ਲੈ ਰਹੀ ਹੈ ਕਿ ਨਹੀਂ, ਕਰੋ ਸ਼ੌਂਕ ਇਹਦਾ। ਬਹੁਤ ਵਧੀਆ ਯਾਰ ਇਹ ਵੀ, ਅਤੇ ਬਹੁਤ ਵਧੀਆ ਵਾ, ਦੋਵੇਂ ਆ, ਦੋਵੇਂ ਮੁਰਗੇ। ਇੱਕ ਤੁਸੀਂ ਆਹ ਦੇਖੋ, ਆਹ ਦੇਖੋ ਤੁਸੀਂ, ਬਹੁਤ ਸੋਹਣਾ ਵੀ। ਹਾਂ, ਕੁੱਕੜ ਵੀ ਵੇਖੇ ਆ, ਲੜਾਕੂ ਕੁੱਕੜ ਵੀ। ਅਤੇ ਹੁਣ ਆਪਾਂ ਵੇਖਦੇ ਹਾਂ ਜਿਹੜਾ ਕਬੂਤਰ ਆਪਾਂ ਲੈਣਾ ਵਾ, ਉਹ ਕਰਦੇ ਹਾਂ ਗੱਲ ਭਾਈ ਨਾਲ, ਦਿਖਾਉਂਦੇ ਤੁਹਾਨੂੰ ਵੀ ਕਿਹੜਾ ਖੜਨਾ ਵਾ। ਸੋ ਚਲੋ ਫਿਰ ਚੱਲਦੇ ਹਾਂ। ਲਓ ਜੀ ਮਿੱਤਰੋ, ਕਰੋ ਜੀ ਸ਼ੌਂਕ ਕਬੂਤਰਾਂ ਦਾ। ਅਤੇ ਕਬੂਤਰ ਬਹੁਤ ਹੀ ਸੋਹਣੇ ਕਬੂਤਰ। ਆਹ ਦਰਵਾਜ਼ਾ ਬੰਦ ਕਰਨੀ, ਆਹ ਫਨਕਾ ਪੋਸ਼। ਹਾਂ ਬਾਈ, ਨਕਾਬ ਪੋਸ਼ ਵੀ ਜੋੜਾ ਹੈਗਾ, ਇੱਥੇ ਲੱਕਿਆਂ ਦੇ ਜੋੜੇ ਵੀ ਇੱਥੇ ਹੈਗੇ ਆ, ਅਤੇ ਕਾਫੀ ਜੋੜੇ ਮਤਲਬ ਕਿ ਇੱਥੇ ਬਹੁਤ ਸੋਹਣੇ ਸੋਹਣੇ ਜੋੜੇ ਤੁਹਾਨੂੰ ਕਬੂਤਰ ਵਿਖਾਲਦੇ ਹਾਂ। ਇੱਥੇ ਜੈਲਦਾਰ ਵੇਖੋ ਤੁਸੀਂ, ਆਹ ਦੇਖੋ ਆਹ ਜੈਲਦਾਰ। ਇੱਥੇ ਹੋਰ ਵੀ ਵਿਖਾਲਦੇ ਤੁਹਾਨੂੰ ਕਬੂਤਰ, ਬੜੇ ਟੋਪ ਟੋਪ ਦੇ ਆ। ਆਹ ਸਾਹਮਣੇ ਵੇਖੋ ਤੁਸੀਂ, ਆਹ ਵੇਖੋ ਕਬੂਤਰ, ਕਰੋ ਸ਼ੌਕ ਜੀ ਇਹਨਾਂ ਦਾ। ਆਹ ਦੇਖੋ ਕਬੂਤਰ, ਬਹੁਤ ਟੋਪ ਦੇ ਕਬੂਤਰ ਆ, ਠੀਕ ਹੈ ਜੀ। ਅਤੇ ਬਹੁਤ ਹੀ ਸੋਹਣੇ ਆ ਜੀ ਕਬੂਤਰ। ਅਤੇ ਆਪਾਂ ਦੇਖਦੇ ਹਾਂ ਜਿਹੜੀ ਚੀਜ਼ ਆਪਾਂ ਜਿਹੜੇ ਕੰਮ ਆਏ ਹਾਂ, ਉਹ ਅੱਜ ਅੱਡ ਕੰਮ ਹੁੰਦਾ ਕਿ ਨਹੀਂ ਹੁੰਦਾ। ਉਹ ਨਕਾਬ ਪੋਸ਼ ਲੈ ਜਾਈਏ ਜੋੜਾ। ਹਾਂ, ਵੇ ਕਬੂਤਰੀ ਦੀ ਲੋੜ ਸਾਨੂੰ, ਅਤੇ ਜੇ ਪੁੱਛਦੇ ਹਾਂ ਜੇ ਭਾਅ ਜੀ ਕਬੂਤਰੀ ਇਕੱਲੀ ਦੇ ਦਿੰਦੇ, ਤਾਂ ਇੱਕ ਕਬੂਤਰ ਆ, ਕਬੂਤਰੀ ਆ, ਕਬੂਤਰੀ ਆ ਨਾ, ਮੇਰੇ ਖਿਆਲ ਪੱਕਾ ਕਬੂਤਰੀ ਆ, ਪਤਾ ਨਹੀਂ ਲੱਗਦਾ ਯਾਰ ਇਹਨਾਂ ਦਾ, ਕਬੂਤਰੀ ਆ ਲੰਮੀ ਚੌਂਝੀ ਕਬੂਤਰੀ ਆ, ਅਤੇ ਦੇਖਦੇ ਹਾਂ ਜੇ ਗੱਲ ਬਣੀ ਤਾਂ ਆਪਾਂ ਕਬੂਤਰ ਹੀ ਰਹਿੰਦੇ ਹਾਂ। ਲਓ ਜੀ ਲਾਈਟ ਆ ਗਈ ਨਾਲ ਹੀ, ਬਲਬ ਜਾ ਗਿਆ। ਬਾਕੀ ਇੱਧਰ ਤੁਸੀਂ ਦੇਖੋ ਹੁਣ ਲਾਈਟ ਹੋ ਗਈ ਆ, ਅਤੇ ਸਾਈਡ 'ਤੇ ਆ ਬਾਈ, ਕਰੋ ਜੀ ਸ਼ੌਕ ਕਬੂਤਰਾਂ ਦਾ। ਹੁਣ ਦੱਸ ਆਪਾਂ ਲੇਟ ਹੋ ਗਏ ਹਾਂ, ਜੇ ਟਾਈਮ ਲਾਉਂਦੇ ਨਾ ਤੁਹਾਨੂੰ ਪੂਰੇ ਆਪਾਂ ਕਬੂਤਰ ਚੰਗੀ ਤਰ੍ਹਾਂ ਵਿਖਾਲਣੇ ਸੀ। ਅਤੇ ਇੱਥੇ ਪਾਊਡਰ ਵੀ ਹੈਗਾ ਵਾ, ਆਹ ਦੇਖੋ ਤੁਸੀਂ ਪਾਊਡਰ ਪਾਏ ਦੀ ਘੱਟ, ਹਵਾ ਨਿਕਲ ਗਈ ਨਿਕਲ ਗਈ ਆ। ਅਤੇ ਉੱਧਰ ਵੀ ਆਂਡਾ ਦਿੱਤਾ ਸਾਹਮਣੇ ਕਬੂਤਰੀ ਨੇ, ਉੱਥੇ ਨੇ ਦਿੱਤਾ ਵਾ, ਇੱਕੋ ਹੀ ਆਂਡਾ ਦਿੱਤਾ ਲੱਗਦਾ ਨਾ। ਹਾਂ, ਇਹ ਮੁੱਗੀ ਹੈ ਨਾ, ਹਾਂ ਕਿਹੜੇ ਆ, ਦਿੱਤਾ ਕਿੱਦਾਂ ਦਾ ਆਂਡਾ ਨੇ। ਚੱਲ ਜਿੱਦਾਂ ਦਾ ਦਿੱਤਾ ਕੋਈ ਗੱਲ ਨਹੀਂ, ਵਧੀਆ ਦਿੱਤਾ, ਚਲੋ ਬੈਣ ਦੇ ਉਹਨੂੰ ਉੱਥੇ। ਅਤੇ ਦੇਖੋ ਤੀਲਾ ਤਲਾ ਵੀ ਨਹੀਂ, ਉੱਦਾਂ ਹੀ ਦਿੱਤਾ। ਆਹ ਦੇਖੋ ਕਬੂਤਰ ਯਾਰ, ਆਹ ਦੇਖੋ ਜੈਲਦਾਰ, ਹੋਏ 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 ਹੋਏ, ਲੈ ਤੂੰ ਜਾਵਾਂ ਭਾਅ ਜੀ, ਕਹਿੰਦੇ ਕੀ ਕਹਿੰਦੇ ਨਹੀਂ ਦੇਣੇ ਯਾਰ। ਲਓ ਜੀ ਆਪਾਂ ਤਾਂ ਇਹੀ ਮੇਰਾ ਤਾਂ ਵੀ ਆਹ ਲੈ ਜੀ, ਪਰ ਕਹਿੰਦੇ ਵੀ ਆਪਾਂ ਬੱਚੇ ਕਢਾਉਣਾ ਇੱਥੇ ਲਿਆਉਂਦੇ ਆ, ਅਤੇ ਕਬੂਤਰ ਦੀ ਐਡੀ ਗੱਲ ਨਹੀਂ ਬਣਨੀ ਲੱਗਦਾ ਇਹਦੀ, ਕਬੂਤਰ ਬਹੁਤ ਸੋਹਣਾ ਸੀ ਮੈਂ ਇਹਦੇ। ਚੱਲ ਹੋਰ ਦੇਖ ਫਿਰ ਕੋਈ ਚੰਗਾ ਕਬੂਤਰ। ਹਾਂ ਕਬੂਤਰ ਮੈਨੂੰ ਨਾ ਰੰਗ ਤੋਂ ਮੈਨੂੰ ਆਹ ਬਹੁਤ ਸੋਹਣਾ ਲੱਗਦਾ ਕਬੂਤਰ, ਆੜਾ ਯਾਰ ਆਹ ਸਲੇਟਾਂ, ਆਹ ਦੇਖ ਬਹੁਤ ਸੋਹਣਾ ਕਬੂਤਰ ਲੱਗਦਾ ਵੀ। ਹਾਂ ਇਹ, ਹਾਂ ਪਈ ਹੈ, ਫੜ ਦੱਸੀ ਇਹਨੂੰ ਕੀ ਆਉਂਦਾ ਭਲਾ, ਫੜ 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 ਇਹਨੂੰ, ਆਇਆ ਬਈ ਸਿੱਧਾ ਹੀ ਆ ਗਿਆ ਕੋਲ। ਅਤੇ ਆਹ ਕਰੋ ਸ਼ੌਕ ਕਬੂਤਰ ਦਾ ਜੀ, ਦੱਸਿਓ ਨਾਲੇ ਵੀ ਕਿਵੇਂ ਦਾ ਵਾ, ਅਤੇ ਜੇ ਗੱਲ ਬਣੂ ਤਾਂ ਜ਼ਰੂਰ ਲੈ ਕੇ ਜਾਵਾਂਗੇ। ਬਾਕੀ ਸ਼ੌਕ ਕਰੋ ਜੀ ਕਬੂਤਰਾਂ ਦਾ। ਪੰਜੇ ਠੱਲ 'ਤੇ ਕਿੰਨਾ ਵਾ, ਨੰਬਰ ਨਹੀਂ ਦੱਸਣਾ ਆਪਾਂ,
ਨੰਬਰ ਤਾਂ ਨਹੀਂ ਹੈਗਾ ਜਿਹੜਾ ਫੜਿਆ ਵਾ ਨਾ ਉਹਦੇ ਹੋਏਗਾ ਨਾ ਆਰਪੀ ਲੋਕਟਾ ਮੁੰਡਾ ਵਾ ਇੱਥੇ ਲੱਗ ਚੱਕ ਤਾਂ ਮੈਨੂੰ ਪਤਾ ਅੱਛਾ ਮੈਂ ਇਦਾਂ ਹੀ ਪਟਾ ਪੜਿਆ ਉਹਦੇ ਨਾਲ ਦਾ ਸੇਮ ਆਹੀ ਠੱਗ ਪਈ ਕਿਹ ਬੰਦੇ ਨੇ ਪੜਿਆ ਮੈਂ ਨਹੀਂ ਪੜਿਆ ਉਹ ਤਾਂ ਸੁਣਾ ਲੋ ਚਲੋ ਜੀ ਜਿਹੜੀ ਆਪਾਂ ਗੱਲ ਕੀਤੀ ਕਬੂਤਰਾਂ ਦੀ ਉਹ ਭਾਈ ਕਹਿੰਦੇ ਆਪਾਂ ਵੇਚਣੇ ਨਹੀਂ ਆ ਅਤੇ ਅੱਜ ਸਾਨੂੰ ਫੇਰਾ ਹੀ ਪਿਆ ਲੱਗਦਾ ਅਤੇ ਚਲੋ ਚਲੋ ਇਸੇ ਵੇਲੇ ਆਪਾਂ ਆਏ ਹਾਂ ਚੌਕ ਕੀਤਾ ਕਬੂਤਰਾਂ ਦਾ ਵਧੀਆ ਲੱਗਾ ਵਾ ਅਤੇ ਕਰਨ ਨੂੰ ਪੁੱਛਦੇ ਹਾਂ ਕਰਨ ਹੁਣ ਅੱਗੇ ਕੀ ਕਰਨਾ ਚੱਲੇ ਭਾਅ ਵਾਪਸ ਟਿੰਡ ਪਾਣੀ ਚੁੱਕੀ ਚਲੀ ਅਤੇ ਚਲੋ ਜੀ ਚੱਲਦੇ ਫਿਰ ਆਪਾਂ ਵਾਪਸ ਅਤੇ ਹਨੇਰਾ ਵੀ ਕਾਫੀ ਬਾਹਰ ਹੋ ਗਿਆ ਵਾ ਤੁਹਾਨੂੰ ਮਾਰਦੇ ਹਾਂ ਆਦਿ ਮਾਰ ਨਹੀਂ ਸਕਦੇ ਹੋ ਅਤੇ ਕਾਫੀ ਹਨੇਰਾ ਹੋ ਗਿਆ ਵਾ ਅਤੇ ਆਪਾਂ ਹੁਣ ਟਾਈਮ ਨਾਲ ਚੱਲਦੇ ਹਾਂ ਘਰ ਚੱਲ ਵੀ ਉੱਤਰ ਥੱਲੇ ਫਿਰ ਚਲੋ ਵੀ ਚਲੋ ਕਰਨ ਚੱਲ ਥੱਲੇ ਚੱਲ ਉੱਤਰ ਪੈਨੂੰ ਵੇਖੀ ਕਬੂਤਰ ਨਾਲ ਬਾਹਰ ਨਿਕਲ ਜਾਏ ਕੋਈ ਅਤੇ ਆਹ ਦੇਖੋ ਤੁਸੀਂ ਖੁੱਡਾ ਦੇਖੋ ਤੁਹਾਨੂੰ ਦਿਖਾ ਦਿੰਦੇ ਆਪਾਂ ਜਿਹੜਾ ਖੁੱਡਾ ਵਾ ਕਿਹੜੀ ਜਗ੍ਹਾ 'ਤੇ ਆ ਲੋਕੇਸ਼ਨ ਵੇਖੋ ਇਹਦੀ ਕਰਨ ਧਿਆਨ ਨਾਲ ਉੱਧਰੀ ਧਿਆਨ ਨਾਲ ਮੇਰਾ ਵੀਰ ਆ ਹੋ ਗਿਆ ਜੀ ਕਰਨ ਚਲੋ ਜੀ ਆ ਗਿਆ ਮੰਮੀ ਬੂਹਾ ਨਾਲੇ ਬੰਦ ਕਰ ਦਿਓ ਸੋ ਚਲੋ ਜੀ ਹੁਣ ਚੱਲਦੇ ਹਾਂ ਜੀ ਵਾਪਸ ਕਿਉਂਕਿ ਇੱਥੇ ਸਾਡੀ ਅੱਜ ਗੱਲ ਨਹੀਂ ਬਣੀ ਹੈਗੀ ਅਤੇ ਇਸ ਕਰਕੇ ਸਾਨੂੰ ਅੱਜ ਵੈਸੇ ਖਾਲੀ ਹੱਥ ਜਾਣਾ ਪੈਣਾ ਵਾ ਅਤੇ ਹੁਣ ਚੱਲਦੇ ਹਾਂ ਆਪਾਂ ਵਾਪਸ ਸੋ ਉਮੀਦ ਕਰਦੇ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦੇਣਾ ਜੀ ਚੈਨਲ 'ਤੇ ਨਵੇਂ ਤੋਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰੋ ਸੋ ਕੱਲ੍ਹ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਵਾਂਗੇ ਸੋ ਮਿਲਦੇ ਨੈਕਸਟ ਵੀਡੀਓ 'ਤੇ ਓਕੇ ਜੀ ਫਿਰ ਬਾਏ